शाखा है तो फूल और पत्ते भी आएंगे, अगर ये दिन बुरे हैं तो अच्छे भी आएंगे। सत श्री अकाल दोस्तों, तुसी सुन रहे हो जी 93.9 FM अपनी आज ये पूजा दे नाल। शो चल रहा है जी दिल दियां गल्लां। जिवें तुहानू पता है कि दिल दियां गल्लां असीं हर एक दे नाल सांझियां नहीं कर सकते। दिल दियां गल्लां असीं उहनां लोकां नाल ही सांझियां करदे हां जो साढ़े दिल दे बहुत करीब हुंदे हां, ते तुसी साढ़े दिल दे जी बहुत करीब हो। इस करके असीं करांगे तुहाडे नाल बहुत सारियां दिल दियां गल्लां, ते नाल दे नाल जी मैं प्ले करांगी तुहाडे लई प्यारे प्यारे सोंग्स, ते सुनावांगी इक तुहानू प्यारी जी कहानी, ओह कहानी जितों असीं बहुत कुछ सिखांगे। तो आओ सुनदे हां अज दी कहानी। बहुत समय पहलां दी गल है, एक पिंड विच इक किसान रहिंदा सी। उस पिंड विच सब दी फसल बहुत चंगी हुंदी सी, पर किसान दी फसल इन्नी ज़्यादा चंगी नहीं हुंदी सी, जिस करके किसान हमेशा ही परेशान रहिंदा सी। उसदे कोल इन्ना धन भी नहीं सी कि अपने खेत दे लई चंगे बीज चंगी उन्नत तकनीकां खरीद सके। एक दिन किसान बहुत ज़्यादा परेशान सी, उह सोचदा सोचदा अपने खेत विच ही सो गया। जदों सवेर होई तां किसान उठता है, जदों किसान उठता है तां उह देखदा है कि उसदे खेत दे कोल एक सप हुंदा है। उह सप नूं देखदे बोलदा है, सप अते मेरे खेत विच? लगदा है खेत दा देवता होवेगा, ते मैं इस देवते दी पूजा भी नहीं कीती, लगदा इस करके ही मेरा खेत सुक गया। ਇਹ ਸੋਚਦੇ ਹੀ ਕਿਸਾਨ ਆਪਣੇ ਘਰ ਚਲਾ ਜਾਂਦਾ ਹੈ ਅਤੇ ਸਭ ਦੇ ਲਈ ਇੱਕ ਕਟੋਰੀ ਦੁੱਧ ਲੈ ਕੇ ਆਉਂਦਾ ਹੈ। ਸਭ ਦੇ ਕੋਲ ਦੁੱਧ ਰੱਖ ਕੇ ਕਿਸਾਨ ਬੋਲਦਾ ਹੈ ਕਿ ਹੇ ਸਭ ਦੇਵਤਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇਸ ਖੇਤ ਦੇ ਦੇਵਤਾ ਹੋ, ਇਸ ਕਰਕੇ ਮੈਂ ਤੁਹਾਡੀ ਸੇਵਾ ਵੀ ਨਹੀਂ ਕਰ ਸਕਿਆ, ਪਰ ਹੁਣ ਮੈਂ ਤੁਹਾਡੀ ਰੋਜ਼ ਸੇਵਾ ਕਰਾਂਗਾ ਅਤੇ ਤੁਹਾਨੂੰ ਰੋਜ਼ ਦੁੱਧ ਪਿਲਾਇਆ ਕਰਾਂਗਾ। ਇੰਨਾ ਕਹਿੰਦੇ ਹੀ ਕਿਸਾਨ ਦੁੱਧ ਰੱਖ ਕੇ ਚਲਾ ਜਾਂਦਾ ਹੈ। ਅਤੇ ਜਦੋਂ ਅਗਲੇ ਦਿਨ ਫਿਰ ਕਿਸਾਨ ਇੱਕ ਕਟੋਰੀ ਦੁੱਧ ਲੈ ਕੇ ਆਉਂਦਾ ਹੈ, ਉਹ ਦੇਖਦਾ ਹੈ ਕਿ ਕੱਲ੍ਹ ਦੀ ਜੋ ਦੁੱਧ ਦੀ ਉਹਨੇ ਕਟੋਰੀ ਰੱਖੀ ਸੀ ਉਹ ਖਾਲੀ ਹੋ ਜਾਂਦੀ ਹੈ। ਕਟੋਰੀ ਦੇ ਕੋਲ ਹੀ ਇੱਕ ਸੋਨੇ ਦੀ ਮੋਹਰ ਹੁੰਦੀ ਹੈ। ਕਿਸਾਨ ਸੋਨੇ ਦੀ ਮੋਹਰ ਨੂੰ ਆਪਣੇ ਹੱਥ ਵਿੱਚ ਉਠਾ ਲੈਂਦਾ ਹੈ। ਉਹ ਸੋਚਦਾ ਹੈ ਕਿ ਲੱਗਦਾ ਹੈ ਸੋਨੇ ਦੀ ਮੋਹਰ ਸੱਪ ਨੇ ਹੀ ਰੱਖੀ ਹੋਵੇਗੀ। ਉਸ ਮੋਹਰ ਨੂੰ ਆਪਣੇ ਕੋਲ ਰੱਖ ਲੈਂਦਾ ਹੈ। ਅਗਲੇ ਦਿਨ ਕਿਸਾਨ ਫਿਰ ਦੁੱਧ ਦੀ ਕਟੋਰੀ ਸੱਪ ਦੇ ਕੋਲ ਲੈ ਕੇ ਆਉਂਦਾ ਹੈ। ਉਹ ਦੇਖਦਾ ਹੈ ਕਿ ਸੱਪ ਉਸਨੂੰ ਇੱਕ ਹੋਰ ਸੋਨੇ ਦੀ ਮੋਹਰ ਦਿੰਦਾ ਹੈ। ਇਸ ਤਰ੍ਹਾਂ ਕਰਕੇ ਕਿਸਾਨ ਦੇ ਕੋਲ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਹੋ ਜਾਂਦੀਆਂ ਹਨ। ਇੱਕ ਦਿਨ ਜਦ ਕਿਸਾਨ ਸੱਪ ਦੇ ਲਈ ਦੁੱਧ ਦੀ ਕਟੋਰੀ ਲੈ ਕੇ ਆ ਰਿਹਾ ਹੁੰਦਾ ਹੈ ਤਾਂ ਉਸਦੇ ਪਿੱਛੇ ਪਿੱਛੇ ਉਸਦਾ ਪੁੱਤਰ ਵੀ ਆ ਜਾਂਦਾ ਹੈ। ਉਸਨੇ ਕਿਸਾਨ ਨੂੰ ਇਹ ਸਭ ਕਰਦੇ ਦੇਖਿਆ, ਉਸਨੇ ਇਹ ਵੀ ਦੇਖਿਆ ਕਿ ਸੱਪ ਨੇ ਕਿਸਾਨ ਨੂੰ ਇੱਕ ਸੋਨੇ ਦੀ ਮੋਹਰ ਦਿੱਤੀ ਹੈ। ਇਹ ਦੇਖ ਕੇ ਉਸਦੇ ਪੁੱਤਰ ਨੇ ਸੋਚਿਆ, ਜੇਕਰ ਮੈਂ ਵੀ ਸੱਪ ਨੂੰ ਦੁੱਧ ਪਿਲਾਵਾਂਗਾ ਤਾਂ ਹੋ ਸਕਦਾ ਹੈ ਸੱਪ ਮੈਨੂੰ ਵੀ ਸੋਨੇ ਦੀ ਮੋਹਰ ਦੇਵੇ। ਇਹ ਸੋਚਦੇ ਹੀ ਉਹ ਆਪਣੇ ਘਰ ਚਲਾ ਜਾਂਦਾ ਹੈ ਅਤੇ ਸੱਪ ਦੇ ਲਈ ਇੱਕ ਕਟੋਰੀ ਦੁੱਧ ਲੈ ਕੇ ਆਉਂਦਾ ਹੈ। ਜਦੋਂ ਉਹ ਦੁੱਧ ਲੈ ਕੇ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਸੱਪ ਦੇ ਕੋਲ ਸੱਪ ਦੇ ਕੋਲ ਜੋ ਕਟੋਰੀ ਪਈ ਹੁੰਦੀ ਹੈ ਉਸਦੇ ਨੇੜੇ ਹੀ ਇੱਕ ਸੋਨੇ ਦੀ ਮੋਹਰ ਹੁੰਦੀ ਹੈ। ਉਹ ਸੋਨੇ ਦੀ ਮੋਹਰ ਨੂੰ ਆਪਣੇ ਹੱਥ ਵਿੱਚ ਉਠਾਉਂਦਾ ਹੈ ਅਤੇ ਸੋਚਦਾ ਹੈ ਕਿ ਸੱਪ ਦੇ ਕੋਲ ਤਾਂ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਹੋਣਗੀਆਂ, ਜੇਕਰ ਉਹ ਸਾਰੀਆਂ ਮੋਹਰਾਂ ਮੈਂ ਇੱਕ ਦਿਨ ਵਿੱਚ ਹੀ ਲੈ ਲਵਾਂ ਤਾਂ ਮੈਂ ਤਾਂ ਬਹੁਤ ਅਮੀਰ ਹੋ ਜਾਵਾਂਗਾ। ਇਹ ਸੋਚਦੇ ਹੀ ਉਸਨੇ ਸੱਪ ਦੇ ਉੱਤੇ ਸੋਟੀ ਨਾਲ ਹਮਲਾ ਕਰ ਦਿੱਤਾ। ਸੱਪ ਜ਼ਖਮੀ ਹੋ ਗਿਆ, ਸੱਪ ਗੁੱਸੇ ਵਿੱਚ ਆ ਗਿਆ ਅਤੇ ਸੱਪ ਨੇ ਵੀ ਉਸਦੇ ਉੱਪਰ ਹਮਲਾ ਕਰ ਦਿੱਤਾ। ਜਦ ਸੱਪ ਨੇ ਉਸਦੇ ਉੱਪਰ ਹਮਲਾ ਕੀਤਾ ਤਾਂ ਕਿਸਾਨ ਦੇ ਪੁੱਤਰ ਦੀ ਉਸੇ ਜਗ੍ਹਾ ਹੀ ਮੌਤ ਹੋ ਗਈ। ਸੋ ਇਹ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਲਾਲਚ ਇੱਕ ਬੁਰੀ ਬਲਾ ਹੈ, ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ। ਸਾਡੇ ਕੋਲ ਜਿੰਨਾ ਹੈ ਜੋ ਹੈ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਅਤੇ ਸੁਣਦੇ ਰਹਿਣਾ ਚਾਹੀਦਾ ਹੈ ਜੀ 93.9 FM ਮਸਤੀ।